ਸਵਾਗਤ ਕਰਦੇ ਹਾਂ ਜੀ ਤੁਹਾਡਾ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ। ਵਾਹਿਗੁਰੂ ਸਭ ਨੂੰ ਖੁਸ਼ ਰੱਖੇ, ਸਭ ਦੀ ਮੁਰਾਦ ਪੂਰੀ ਕਰੇ। ਅਤੇ ਵੀਡੀਓ ਕਰਦੇ ਹਾਂ ਸ਼ੁਰੂ ਵਿਸਥਾਰ ਨਾਲ ਜੀ। ਅੱਜ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੇ ਬਾਰੇ। ਪਹਿਲਾਂ ਦੇਖਦੇ ਹਾਂ ਸੈਟੇਲਾਈਟ ਰਾਹੀਂ ਕਿ ਬੱਦਲਵਾਈ ਕਿੱਥੇ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਰਾਤ ਸਾਰੇ ਪੰਜਾਬ ਦੇ ਵਿੱਚ ਬੱਦਲਵਾਈ ਕਾਫੀ ਦੇਖਣ ਨੂੰ ਮਿਲੀ ਸੀ। ਆਪਾਂ ਜੋ ਵੀਡੀਓ ਰਾਤ ਅਪਲੋਡ ਕੀਤੀ ਸੀ ਉਹਦੇ ਵਿੱਚ ਆਪਾਂ ਕਿਤੇ ਵੀ ਪੁਸ਼ਟੀ ਨਹੀਂ ਕੀਤੀ ਸੀ ਕਿ ਮੀਂਹ ਪੈਣ ਦੇ ਚਾਂਸ ਹੈਗੇ ਆ, ਪਰ ਇੱਕ ਦੋ ਬੰਦੇ ਨੇ ਕਮੈਂਟ ਕੀਤੇ ਬਈ ਝੂਠ ਬੋਲਦਾ, ਮੀਂਹ ਪਿਆ ਹੀ ਨਹੀਂ ਕਿਤੇ। ਪਰ ਆਪਾਂ ਮੀਂਹ ਦੀ ਗੱਲ ਕੀਤੀ ਨਹੀਂ, ਆਪਾਂ ਸਿਰਫ ਇਕੱਲੀ ਬੱਦਲਵਾਈ ਦੀ ਰਾਤ ਵੀਡੀਓ ਦੇ ਵਿੱਚ ਗੱਲ ਕੀਤੀ ਸੀ। ਅੱਜ ਸਾਰਾ ਦਿਨ ਮੌਸਮ ਦੀ ਗੱਲ ਕਰਾਂਗੇ, ਪੰਜਾਬ ਦੇ ਵਿੱਚ ਕਿੱਥੇ ਮੀਂਹ ਪੈ ਰਿਹਾ, ਕਿਹੜੇ ਜ਼ਿਲ੍ਹੇ ਵਿੱਚ ਮੀਂਹ ਪੈ ਰਿਹਾ ਤੁਸੀਂ ਵੀ ਜ਼ਰੂਰ ਦੱਸਿਓ, ਕਿਉਂਕਿ ਸੈਟੇਲਾਈਟ ਰਾਹੀਂ ਸਾਨੂੰ ਜੋ ਮੀਂਹ ਇਸ ਵਾਰ ਦੇਖਣ ਨੂੰ ਮਿਲਿਆ ਹੈ ਪੰਜਾਬ ਦੇ ਵਿੱਚ ਸੁਬਾਹ ਦੇ ਟਾਈਮ, ਮਤਲਬ ਕਿ 3-4 ਵਜੇ ਨਾਭਾ ਅੰਬਾਲਾ ਮਾਨਸਾ ਸਾਈਡ ਆਪਾਂ ਨੂੰ ਮੀਂਹ ਦੇਖਣ ਨੂੰ ਮਿਲੇ ਆ ਸੁਬਾਹ 3-4 ਵਜੇ 5 ਵਜੇ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅੰਬਾਲੇ ਵਾਲਿਓ, ਨਾਭਾ ਵਾਲਿਓ, ਬਰਨਾਲਾ ਮਾਨਸਾ ਵਾਲਿਓ ਕਿ ਤੁਹਾਡੇ ਸਾਈਡ ਮੀਂਹ ਪਿਆ ਕਿ ਨਹੀਂ ਪਿਆ। ਪੂਰੇ ਪੰਜਾਬ ਦੇ ਵਿੱਚ ਬੱਦਲਵਾਈ ਦੇਖਣ ਦੇ ਫਿਰ ਜ਼ਿਆਦਾ ਚਾਂਸਿਸ ਆ, ਨੋਰਮਲ ਰਹਿਣ ਦਾ ਮੌਸਮ ਹੈ, ਪਰ ਗਰਮੀ ਤੋਂ ਰਾਹਤ ਨਹੀਂ ਮਿਲ ਸਕਦੀ ਜਿੱਥੋਂ ਤੱਕ ਇਸ ਵੀਡੀਓ ਦੇ ਵਿੱਚ ਸੈਟੇਲਾਈਟ ਰਾਹੀਂ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਬੱਦਲਵਾਈ ਹੀ ਓਨਲੀ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਮੁਕਤਸਰ, ਸ਼ਾਹਕੋਟ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਵਾਈ ਦੀ ਕ੍ਰੋਸ ਹੁੰਦੀ ਦਿਖ ਰਹੀ ਹੈ ਸ਼ਾਮ ਨੂੰ 6, 6:30, 7 ਵਜੇ, 8 ਵਜੇ, 9 ਵਜੇ। ਪਰ ਮੀਂਹ ਦੇ ਕਿਤੇ ਵੀ ਕੋਈ ਚਾਂਸ ਆਪਾਂ ਨੂੰ ਨਹੀਂ ਦੇਖਣ ਨੂੰ ਮਿਲ ਰਹੇ। ਹੁਣ ਚੱਲਦੇ ਆਪਾਂ ਟੈਂਪਰੇਚਰ ਵੱਲ ਕਿ ਟੈਂਪਰੇਚਰ ਕਿੰਨਾ ਜ਼ਿਆਦਾ ਹਾਈ ਆ। ਜੇਕਰ ਗੱਲ ਕਰੀਏ ਰਾਈਟ ਨਾਓ ਰਾਤ ਦੇ ਸੁਬਾਹ 7 ਵੱਜ ਚੁੱਕੇ ਆ, ਸੁਬਾਹ 7 ਵਜੇ ਟੈਂਪਰੇਚਰ ਮੁਕਤਸਰ 41 ਹੈ ਜੀ, ਬਰਨਾਲਾ 37, 36, 35, ਜਲੰਧਰ 35, ਅੰਮ੍ਰਿਤਸਰ 37। ਪਰ ਆਉਣ ਵਾਲੇ ਟਾਈਮ ਦੇ ਵਿੱਚ ਉਹ 13 ਨੂੰ 50 ਦੇ ਨੇੜੇ ਟੈਂਪਰੇਚਰ ਆ ਜੀ, ਕੋਈ ਝੂਠ ਨਹੀਂ ਤੁਹਾਡੀ ਸਕਰੀਨ ਦੇ ਉੱਤੇ, ਜਦੋਂ ਮਰਜ਼ੀ ਆਪਦੇ ਏਰੀਏ ਦਾ ਟੈਂਪਰੇਚਰ ਤੁਸੀਂ ਨਾਪ ਸਕਦੇ ਹੋ ਖੁਦ ਵੀ, ਇੱਕ ਪੈਰਾਮੀਟਰ ਲੈ ਕੇ ਗਰਮ ਪਾਣੀ ਧੁੱਪੇ ਰੱਖ ਕੇ। ਜ਼ਿਆਦਾਤਰ ਲੋਕ ਇੱਦਾਂ ਹੀ ਪੁਰਾਣੇ ਜ਼ਮਾਨੇ ਦੇ ਵਿੱਚ ਐਵੇਂ ਹੀ ਐਕਸਪੈਰੀਮੈਂਟ ਕਰਦੇ ਸੀ। ਪੁਰਾਣਾ ਜ਼ਮਾਨਾ ਵੀ ਬੀਤ ਗਿਆ ਟੈਕਨੋਲੋਜੀ ਆਉਣ ਨਾਲ, ਪਰ ਆਪਾਂ ਅੱਜ ਵੀ ਐਕਸਪੈਰੀਮੈਂਟ ਇੱਦਾਂ ਕਰ ਸਕਦੇ ਹਾਂ। ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ, ਲਾਈਕ ਕਰਿਓ। ਧੰਨਵਾਦ।